ਵੈਲਕਮ ਬੈਕ ਅਗੇਨ ਗਾਇਜ਼, ਮੈਂ ਤੁਹਾਨੂੰ ਰਾਜਪੂਤ ਤੁਹਾਡਾ ਵੈਲਕਮ ਕਰਦਾ ਤੁਹਾਡੇ ਆਪਦੇ ਆਪਣੇ ਚੈਨਲ 'ਚ। ਸੋ ਦੋਸਤੋ, ਮੈਂ ਗਿੱਪੀ ਗਰੇਵਾਲ ਦੀ ਮੂਵੀ ਛਿੰਦਾ ਛਿੰਦਾ ਨੋ ਪਾਪਾ ਦਾ ਟਾਈਟਲ ਟਰੈਕ ਦੋਸਤੋ ਦੇਖਿਆ ਅਤੇ ਸੁਣਿਆ। ਸੋ ਓਨੈਸਟਲੀ ਕਿ ਮੈਨੂੰ ਕਿਹੋ ਜਿਹਾ ਲੱਗਾ। ਸੋ ਦੋਸਤੋ, ਇਸ ਗਾਣੇ ਦੀ ਜੋ ਵੀਡੀਓ ਹੈ ਬਹੁਤ ਹੀ ਲੋਕੇਸ਼ਨ 'ਚ ਬਣਾਈ ਗਈ ਹੈ। ਸੋ ਗਾਣਾ ਵੀ ਦੋਸਤੋ ਇੱਕ ਨੰਬਰ ਆ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ। ਸੋ ਬਹੁਤ ਹੀ ਸੋਹਣਾ ਪਰਫੋਰਮੈਂਸ ਦਿੱਤਾ ਆ ਇਹਦੇ ਵਿੱਚ ਛਿੰਦਾ ਗਰੇਵਾਲ ਨੇ, ਸੋ ਹਿਨਾ ਖਾਨਿਆਂ ਨਾਲ। ਸੋ ਇੱਦਾਂ ਲਾਈਨਿੰਗ ਪੰਚਸ ਬਹੁਤ ਪਿਆਰੇ ਪਿਆਰੇ ਜਿੱਦਾਂ ਬੋਲ ਬੋਲੇ ਗਏ ਨੇ। ਯੋਨੀ ਯੋਨੀ ਜਿਸ ਪਾਪਾ ਦਾ ਆਪਾਂ ਸੁਣਿਆ ਸੀ, ਬਟ ਇੱਥੇ ਦੋਸਤੋ ਇੱਕ ਫਾਦਰ ਐਂਡ ਸਨ ਦੀ ਕੈਮਿਸਟਰੀ ਲਾਗ ਡਾਟ ਜੋ ਵੀ ਆ ਉਹ ਬਹੁਤ ਹੀ ਤਰੀਕੇ ਨਾਲ ਵਧੀਆ ਕੌਮੇਡੀ ਤਰੀਕੇ ਨਾਲ ਪੇਸ਼ ਕੀਤਾ ਗਿਆ ਆ। ਸੋ ਇਹ ਗਾਣਾ ਬਹੁਤ ਹੀ ਪਿਆਰਾ ਦੋਸਤੋ ਲੱਗਦਾ ਆ, ਸੋਹਣਾ ਲੱਗਦਾ ਦੇਖਣ ਦੇ ਵਿੱਚ ਅਤੇ ਸੁਣਨ ਦੇ ਵਿੱਚ ਵੀ। ਸੋ ਆਊਟ ਆਫ ਸਟੈਂਡਿੰਗ ਹੈ ਯਾਰ ਗਾਣਾ। 10 ਮਈ ਨੂੰ ਫਿਲਮ ਰਿਲੀਜ਼ ਹੋ ਰਹੀ ਆ। ਇਹ ਮੂਵੀ ਦੋਸਤੋ ਸੱਚੀ ਕਹਿ ਰਿਹਾ ਧਮਾਲਾ ਪਾਊਗੀ, ਕਿਉਂਕਿ ਛਿੰਦਾ ਗਰੇਵਾਲ ਇਹਨਾਂ ਦੀ ਇੰਡਸਟਰੀ ਲੱਕੀ ਸਾਬਿਤ ਹੋਇਆ। ਜਿੰਨੀਆਂ ਵੀ ਫਿਲਮਾਂ ਆਈਆਂ ਉਹਨੇ ਉਸ ਮੁੰਡੇ ਦੀ ਕਿਸਮਤ ਇੰਨੀ ਦਮਦਾਰ ਹੈ ਕਿ ਉਹਦੀ ਮੂਵੀ ਚੱਲਦੀ ਆ। ਸੋ ਹੌਸਲਾ ਰੱਖ ਮੂਵੀ ਆਈ ਸੀਗੀ ਦਲਜੀਤ ਦਸਾਂਝ ਦੇ ਨਾਲ ਨਾਲ ਸ਼ਹਿਨਾਜ਼ ਗਿੱਲ ਸੀ, ਉਹ ਵੀ ਮੂਵੀ ਬਲੋਕ ਬਸਟਰ ਗਈ ਸੀ। ਫਿਰ ਇਹਨਾਂ ਨਾਲ ਇੱਕ ਛਿੰਦੇ ਗਰੇਵਾਲ ਨੇ ਕੈਰੀ ਓਨ ਜੱਟਾ 3 ਦੇ ਵਿੱਚ ਕੰਮ ਕੀਤਾ, ਉਹ ਵੀ ਦੋਸਤੋ ਬਲੋਕ ਬਸਟਰ ਗਈ। ਸੋ ਇੱਕ ਅੱਧੀ ਇੱਕ ਹੋਰ ਫਿਲਮ ਬਣਾਈ ਸੀ ਸੰਦੀਪ, ਮੈਨੂੰ ਨਾਮ ਚੇਤੇ ਨਹੀਂ ਆ ਰਿਹਾ, ਜੇ ਤੁਹਾਨੂੰ ਆਊਗਾ ਤਾਂ ਤੁਸੀਂ ਪਲੀਜ਼ ਕਮੈਂਟ 'ਚ ਜ਼ਰੂਰ ਦੱਸਿਓ। ਸੋ ਕਿਤੇ ਨਾ ਕਿਤੇ ਇੱਕ ਵਧੀਆ ਸੀ ਯਾਰ ਕੰਸੈਪਟ, ਬਹੁਤ ਸੋਹਣਾ ਸੀ, ਮੇਰੇ ਦਿਮਾਗ ਤੋਂ ਹਟ ਗਿਆ ਨਾਮ। ਬਟ ਜੋ ਆਹ ਛਿੰਦਾ ਛਿੰਦਾ ਨੋ ਪਾਪਾ ਜਿਹੜੀ ਫਿਲਮ ਆ ਰਹੀ ਆ, ਸੋ ਇਹ ਵੀ ਇੱਕ ਬਲੋਕਬਸਟਰ ਜ਼ਰੂਰ ਹੋਊਗੀ ਫਿਲਮ, ਇਹ ਮੇਰਾ ਖੁਦ ਤੋਂ ਜਿੱਦਾਂ ਕਹਿਣਾ ਆ। ਸੋ ਮੈਨੂੰ ਲੱਗਦਾ ਇਹ ਫਿਲਮ ਧਮਾਲਾ ਪਾਊਗੀ। ਸੋ ਇਹ ਟਾਈਟਲ ਟਰੈਕ ਹੈ ਜਿਹੜਾ ਉਹ ਬਹੁਤ ਟੌਪ ਦਾ ਆ, ਮਿਊਜ਼ਿਕ ਆਊਟਸਟੈਂਡਿੰਗ ਆ, ਬਹੁਤ ਲਾਜਵਾਬ ਆ, ਗਾਣੇ ਦੇ ਬੋਲ ਬਹੁਤ ਸੋਹਣੇ ਆ, ਲਿਰਿਕਸ ਟੌਪ ਕਲਾਸ ਆ। ਸੋ ਮੈਂ ਰੇਟਿੰਗ ਦੀ ਗੱਲ ਕਰਾਂ, ਮੈਂ 5 ਵਿੱਚੋਂ ਦੋਸਤੋ ਨੂੰ 4.5 ਸਟਾਰ ਦੇਣਾ ਚਾਹੂੰਗਾ ਆਪਣੀ ਰੇਟਿੰਗ, ਤੁਸੀਂ ਆਪਣਾ ਟੇਕ ਦੱਸਿਓ। ਸੋ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਦਿਓ, ਤਾਂ ਕਿ ਇੱਦਾਂ ਦੇ ਵੀਡੀਓ ਵਾਰ ਵਾਰ ਲਿਆਉਂਦੇ ਰਹੀਏ। ਸੋ ਥੈਂਕ ਯੂ, ਬਾਏ ਬਾਏ।